ਵੈਸੇ ਕਈ ਕਹਿਣਗੇ ਕਿ ਮੈਨੂੰ ਇਹ ਵੀਡੀਓ ਪਾਉਣ ਦਾ ਮਤਲਬ ਹੱਕ ਹੈ ਨਹੀਂ ਕਿਉਂਕਿ ਮੈਂ ਸਰਦਾਰ ਜਾਂ ਮਤਲਬ ਮੈਂ ਕੇਸ ਕਟਾਏ ਹੋਏ ਆ ਪਰ ਮਨ 'ਚ ਕੁਛ ਗੱਲਾਂ ਹੈਗੀਆਂ ਮੈਂ ਦੇਖਿਆ ਆਸੇ ਪਾਸੇ ਰਹਿ ਕੇ ਕਿ ਆਪਾਂ ਧਰਮ ਨੂੰ ਨਾ ਆਪਣੇ ਹਿਸਾਬ ਨਾਲ ਆਪਣੇ ਫਾਇਦੇ ਲਈ ਜਿਵੇਂ ਹੁੰਦਾ ਆਪਾਂ ਉਵੇਂ ਚਲਾਉਣ ਲੱਗ ਗਏ ਮੈਨੂੰ ਮਨ ਦੁਖਿਆ ਬਹੁਤ ਦੁਖਿਆ ਇਹ ਚੀਜ਼ਾਂ ਸੁਣ ਕੇ ਇਹ ਚੀਜ਼ਾਂ ਦੇਖ ਕੇ ਨਾ ਜਦੋਂ ਬੰਦਾ ਕਿਸੇ ਤੋਂ ਸੁਣਦਾ ਫਲ ਵੀ ਫਿਰ ਬੰਦਾ ਮਤਲਬ ਇੰਨਾ ਯਕੀਨ ਨਹੀਂ ਕਰਦਾ ਜਦੋਂ ਬੰਦਾ ਆਪਣੀ ਅੱਖਾਂ ਨਾਲ ਦੇਖਦਾ ਨਾ ਆਪ ਉਹ ਚੀਜ਼ਾਂ ਹਟਾਉਂਦਾ ਹੈ ਉਹਦੇ ਸਾਹਮਣੇ ਸਭ ਕੁਛ ਹੋ ਰਿਹਾ ਹੁੰਦਾ ਫਿਰ ਮਤਲਬ ਕੁਛ ਚੀਜ਼ਾਂ ਬਰਦਾਸ਼ਤ ਨਹੀਂ ਹੁੰਦੀਆਂ ਹੁੰਦੀਆਂ ਤਾਂ ਬੋਲਣਾ ਜ਼ਰੂਰੀ ਸੀ ਉਹਦੇ ਲਈ ਮੈਨੂੰ ਬੋਲਣਾ ਚਾਹੀਦਾ ਅਸੀਂ ਸਾਡੀ ਦਿਸ਼ਾ ਥੋੜ੍ਹੀ ਜਿਹੀ ਗਲਤ ਹੋ ਗਈ ਅਸੀਂ ਸਭ ਕੁਛ ਫਟਾਫਟ ਚਾਹੁੰਦੇ ਹਾਂ ਹਰ ਇੱਕ ਚੀਜ਼ ਦਾ ਰਿਜ਼ਲਟ ਬਹੁਤ ਜਲਦੀ ਚਾਹੁੰਦੇ ਹਾਂ ਪਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਸਭ ਕੁਛ ਸਾਡੇ ਮੁਤਾਬਕ ਹੀ ਹੋਵੇ ਹੈ ਨਾ ਔਰ ਇਹ ਮਤਲਬ ਇੰਨੀ ਇਹਨਾਂ ਕਿਸੇ ਚੀਜ਼ ਲਈ ਸੈਲਫਿਸ਼ ਹੋਣਾ ਮਤਲਬ ਇਹ ਸਮੇਂ ਦੀ ਇੰਨੀ ਜ਼ਿਆਦਾ ਬਹੁਤ ਵੱਡੀ ਜ਼ਰੂਰਤ ਨਹੀਂ ਹੈ ਹਾਂ ਕਿਸੇ ਕੰਮ ਲਈ ਆਪਾਂ ਹੋ ਸਕਦੇ ਹਾਂ ਪਰ ਜਦੋਂ ਗੱਲ ਧਰਮ ਦੀ ਆਉਂਦੀ ਆ ਉਹਦੀ ਬੇਅਦਬੀਆਂ ਦੀ ਆਉਂਦੀ ਹੈ ਤਾਂ ਉੱਥੇ ਸਾਨੂੰ ਥੋੜ੍ਹਾ ਜਿਹਾ ਸੋਚ ਕੇ ਸਮਝ ਕੇ ਡਿਸੀਜਨ ਲੈਣੇ ਚਾਹੀਦੇ ਆ ਸੋਚ ਸਮਝ ਕੇ ਬੋਲਣਾ ਵੀ ਚਾਹੀਦਾ ਹੋ ਸਕਦਾ ਮੈਂ ਕਾਫੀ ਜਗ੍ਹਾ ਗਲਤ ਹੋਊਂਗਾ ਇਹਦਾ ਮਤਲਬ ਇਹ ਨਹੀਂ ਕਿ ਮੈਂ ਮਤਲਬ ਮੈਨੂੰ ਬਹੁਤ ਜ਼ਿਆਦਾ ਗਿਆਨ ਹੈ ਇਹ ਚੀਜ਼ਾਂ ਦਾ ਨਹੀਂ ਮਤਲਬ ਮੈਂ ਵੀ ਬਹੁਤ ਜਗ੍ਹਾ ਗਲਤ ਹਾਂ ਬਹੁਤ ਜ਼ਿਆਦਾ ਮੈਂ ਵੀ ਬਹੁਤ ਗਲਤ ਹਾਂ ਪਰ ਮੈਂ ਪੂਰਾ ਇਹ ਚੀਜ਼ ਦਾ ਧਿਆਨ ਰੱਖਦਾ ਕਿ ਮੇਰੇ ਹੱਥੋਂ ਮੈਂ ਬੇਅਦਬੀ ਕਿਸੇ ਚੀਜ਼ ਦੀ ਨਾ ਕਰਾਂ ਹੈ ਨਾ ਜਿੰਨਾ ਜੋਗੇ ਕਰਨ ਜੋਗੇ ਹੈ ਆ ਉਨਾ ਕੁ ਆਪਾਂ ਕਰੀਏ ਅਸੀਂ ਕਿਸੇ ਦੀ ਜਿੱਦ ਕਰਕੇ ਜਿੱਦ ਪਿੱਛੇ ਵੀ ਬੇਅਦਬੀਆਂ ਕਰ ਜਾਂਦੇ ਹਾਂ ਜਿਸ ਬੰਦੇ ਨਾਲ ਸਾਡੀ ਨਹੀਂ ਵੀ ਬਣਦੀ ਅਗਰ ਉਹ ਬੰਦਾ ਕੁਝ ਸਹੀ ਕਰ ਰਿਹਾ ਤਾਂ ਅਸੀਂ ਉਹਦੇ ਉਲਟ ਜਾਣਾ ਅਸੀਂ ਗਲਤ ਕਰਨਾ ਅਗਰ ਉਹ ਬੰਦਾ ਗਲਤ ਕਰ ਰਿਹਾ ਤਾਂ ਅਸੀਂ ਉਹਦੇ ਉਲਟ ਜਾਣਾ ਤਾਂ ਅਸੀਂ ਸਹੀ ਕਰਨਾ ਅਸੀਂ ਆਪਣੇ ਡਿਸੀਜਨ ਖੁਦ ਨਹੀਂ ਲੈਂਦੇ ਖੁਦ ਸੋਚ ਕੇ ਖੁਦ ਸਮਝ ਕੇ ਨਹੀਂ ਲੈ ਰਹੇ ਅਸੀਂ ਆਪਣੇ ਡਿਸੀਜਨ ਆਪਣੇ ਵਿਰੋਧੀ ਦੇ ਹਿਸਾਬ ਨਾਲ ਲੈ ਰਹੇ ਹਾਂ ਵੀ ਉਹ ਕੀ ਕਰ ਰਿਹਾ ਅਗਰ ਉਹ ਕੁਛ ਜੋ ਵੀ ਉਹ ਕਰ ਰਿਹਾ ਤੁਸੀਂ ਉਸ ਤੇ ਉਲਟ ਕਰਨਾ ਹੀ ਕਰਨਾ ਕੁਛ ਗੱਲਾਂ ਸੀ ਜਿਵੇਂ ਅਸੀਂ ਹੁਣ ਪੋਸਟਰ ਵਗੈਰਾ ਬਣਾਉਂਦੇ ਹਾਂ ਕੋਈ ਫਲੈਕਸ ਬਣਾਉਂਦੇ ਹਾਂ ਉਹਦੇ 'ਤੇ ਤੁਸੀਂ ਗੁਰੂਆਂ ਦੀਆਂ ਫੋਟੋਆਂ ਲਗਾਉਂਦੇ ਹੋ ਔਰ ਕੋਈ ਨਹੀਂ ਦੇਖਦਾ ਉਹ ਗੁਰੂਆਂ ਦੀ ਫੋਟੋਆਂ ਬਾਅਦ 'ਚ ਜਾਂਦੀਆਂ ਕਿੱਥੇ ਆ ਉਹ ਪੋਸਟਰ ਜ਼ਿਆਦਾ ਦੇਰ ਦੀਵਾਰ 'ਤੇ ਨਹੀਂ ਰਹਿੰਦਾ ਮੈਂ ਇੱਥੇ ਤੱਕ ਵੀ ਪੋਸਟਰ ਦੇਖਿਆ ਗੰਦੇ ਗੰਦੇ ਨਾਲਿਆਂ ਦੇ ਉੱਤੇ ਵੀ ਗੁਰੂਆਂ ਦੀਆਂ ਫੋਟੋਆਂ ਕਿਸੇ ਵੀ ਧਰਮ ਦੀ ਗੱਲ ਕਰ ਰਿਹਾ ਮੈਂ ਸਾਰੇ ਧਰਮਾਂ ਦੇ ਉਹਦੇ ਵਿੱਚ ਕਾਫੀ ਧਰਮ ਆ ਜਾਂਦੇ ਆ ਕਾਫੀ ਧਰਮਾਂ ਦੇ ਪੋਸਟਰਾਂ ਦੇ ਉੱਤੇ ਲੱਗਦੀਆਂ ਇਹ ਕਈ ਤਾਂ ਅਲਾਓ ਨਹੀਂ ਕਰਦੇ ਲਾਉਣੀਆਂ ਕਈ ਲਾਉਂਦੇ ਆ ਕੋਈ ਗੌਰਦਾ ਹੀ ਨਹੀਂ ਕੋਈ ਸੁਣਦਾ ਹੀ ਨਹੀਂ ਉਹਦੇ ਬਾਰੇ ਉਹ ਪੋਸਟਰ ਨਾਲੇ 'ਚ ਵੀ ਡਿੱਗਦੇ ਆ ਗੁਰ ਦੀ ਫੋਟੋ ਕਿੰਨੀ ਵੱਡੀਆਂ ਆਪਾਂ ਬੇਅਦਬੀਆਂ ਜਾਣੇ ਅਣਜਾਣੇ 'ਚ ਕਰ ਰਹੇ ਹਾਂ ਗੁਰੂ ਘਰ ਦੇ ਨੇੜੇ ਆਪਾਂ ਕਿੰਨਾ ਕੁਛ ਗਲਤ ਹੋਈ ਜਾਂਦਾ ਆਪਾਂ ਉਹਨਾਂ ਦਾ ਸਾਥ ਦੇ ਰਹੇ ਹਾਂ ਕਹਿੰਦੇ ਇਹ ਪ੍ਰਥਾ ਹੈ ਪ੍ਰਥਾ ਆਖਰ ਬਣਾਈ ਤਾਂ ਇਨਸਾਨ ਨਹੀਂ ਸੀ ਨਾ ਪ੍ਰਥਾ ਕੋਈ ਵੀ ਹੈ ਇਨਸਾਨ ਨੇ ਅਸੀਂ ਧਰਮ ਨੂੰ ਮਤਲਬ ਕਿਸ ਪਾਸੇ ਨੂੰ ਲੈ ਕੇ ਜਾ ਰਹੇ ਹਾਂ ਉਹ ਗਲਤ ਆ ਕੋਈ ਵੀ ਆ ਇੱਕ ਦਿਨ ਤਾਂ ਬਹੁਤ ਮਨ ਦੁਖੀ ਹੋਇਆ ਜਿੱਦਾਂ ਸਾਡੇ ਜਾਣਨ ਵਾਲਿਆਂ ਨੇ ਇੱਥੋਂ ਤੱਕ ਕਹਿਤਾ ਵੀ ਯਾਰ ਅੱਜ ਕੱਲ੍ਹ ਤਾਂ ਸਾਰਾ ਕੁਛ ਚੱਲਦਾ ਅੱਜ ਕੱਲ੍ਹ ਸਭ ਕੁਛ ਚੱਲਦਾ ਸਭ ਕੁਛ ਚੱਲਦਾ ਜੋ ਮਰਜ਼ੀ ਖਾਓ ਪੀਓ ਮਤਲਬ ਕਿ ਹੱਦ ਤਾਂ ਉਸ ਟਾਈਮ ਹੋ ਗਈ ਜਦੋਂ ਮਤਲਬ ਕਿ ਮਤਲਬ ਇਹ ਕਹਿਤਾ ਵੀ ਅੱਜ ਕੱਲ੍ਹ ਦੇ ਮੁੰਡੇ ਦਾਰੂ ਪੀ ਕੇ ਲਾਵਾਂ ਤੱਕ ਲੈ ਲੈਂਦੇ ਆ ਹੈ ਨਾ ਐਡੀ ਵੱਡੀ ਗੱਲ ਉਸ ਉਹ ਬੰਦੇ ਨੇ ਕਹਿ ਵੀ ਦਿੱਤੀ ਕਈਆਂ ਨੇ ਇਹ ਮੈਨੂੰ ਸੁਣਨ ਨੂੰ ਮਿਲੀਆਂ ਹੈ ਨਾ ਖੁਦ ਆਪਣੇ ਕੰਨਾਂ ਨਾਲ ਮੈਂ ਇਹ ਗੱਲਾਂ ਸੁਣੀਆਂ ਪਰ ਉਹ ਮਤਲਬ ਮੰਨ ਲਿਆ ਯਾਰ ਉਹਨਾਂ ਨੇ ਕਿਸੇ ਨੇ ਗਲਤੀ ਕਰੀ ਆ ਤਾਂ ਮਤਲਬ ਇਹ ਨਹੀਂ ਕਿ ਉਹ ਆਮ ਚੀਜ਼ ਆਮ ਹੋ ਗਈ ਤੁਸੀਂ ਉਹ ਚੀਜ਼ ਨੂੰ ਹੋਰ ਬੜਾਵਾ ਦਿਓ ਵੀ ਇਹ ਚੀਜ਼ ਹਲੇ ਚਲੋ ਦੋ ਚਾਰ ਬੰਦੇ ਨੇ ਗਲਤੀ ਕਰੀ ਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਵੀ ਅੱਗੇ ਨੂੰ ਇਹ ਤੁਸੀਂ ਹੁਣ ਸਰਿਆਮ ਹੀ ਕਰ ਦਿਓ ਆਉਣ ਵਾਲੀਆਂ ਪੀੜ੍ਹੀਆਂ ਤਾਂ ਫਿਰ ਇਹ ਚੀਜ਼ਾਂ ਸਾਰੀਆਂ ਸਰਿਆਮ ਹੋ ਜੂਗੀਆਂ ਮੈਨੂੰ ਪਤਾ ਕਈਆਂ ਨੇ ਕਹਿਣਾ ਵੀ ਇਹ ਗਲਤ ਮੈਂ ਗਲਤ ਬੋਲਿਆ ਹਾਂ ਇਹ ਚੀਜ਼ ਕੁਛ ਗਲਤ ਹੈਗੀ ਹੈ ਬਹੁਤ ਗਲਤ ਹੈ ਪਰ ਇਹ ਇੱਦਾਂ ਹੋਣਾ ਨਹੀਂ ਚਾਹੀਦਾ ਪਰ ਅਸੀਂ ਸਾਡਾ ਵੀ ਕੋਈ ਫਰਜ਼ ਹੈ ਸਾਡਾ ਫਰਜ਼ ਸਿਰਫ ਅਸੀਂ ਇੰਨਾ ਵੀ ਇਹਨੂੰ ਅੱਗੇ ਬੜਾਵਾ ਨਾ ਦਿਓ ਜਿਸ ਚੀਜ਼ ਨੂੰ ਜਿੱਥੇ ਰੋਕ ਸਕਦੇ ਹੋ ਉੱਥੇ ਰੋਕ ਲਓ
ਤਾਂ ਕਿ ਆਉਣ ਵਾਲੀ ਸਾਡੀ ਜਿਹੜੀ ਨਸਲ ਹੈ ਉਹਨਾਂ ਦੇ ਚੀਜ਼ਾਂ ਦਾ ਅਸਰ ਨਾ ਪਵੇ। ਉਹਨਾਂ ਨੂੰ ਤਾਂ ਪਹਿਲਾਂ ਹੀ ਧਰਮ ਬਾਰੇ ਕੁਛ ਨਹੀਂ ਪਤਾ। ਮੈਂ ਫਿਰ ਕਹਿ ਰਿਹਾ, ਮੈਂ ਇੱਕ ਧਰਮ ਦੀ ਗੱਲ ਨਹੀਂ ਕਰਦਾ ਕਿਸੇ ਵੀ, ਹੈ ਨਾ। ਸਾਨੂੰ ਉਹਨਾਂ ਨੂੰ ਆਪਣੇ ਸੱਭਿਆਚਾਰਕ, ਆਪਣਾ ਕਲਚਰ ਜੋ ਵੀ ਹੈ ਉਹਦੇ ਬਾਰੇ ਥੋੜ੍ਹਾ ਜਾਗਰੂਕ ਜ਼ਰੂਰ ਕਰੋ, ਦੱਸੋ ਨਾ, ਕਿ ਅਸੀਂ ਇਹਨਾਂ ਨੂੰ ਇਹ ਗਾਈਡ ਕਰੀਏ ਵੀ ਇਹ ਤਾਂ ਹੁਣ ਚੱਲਦਾ, ਇਹ ਤਾਂ ਆਮ ਹੋ ਗਿਆ, ਕੱਲ੍ਹ ਨੂੰ ਤਾਂ ਕੋਈ ਫਿਰ ਪਾਠ ਵੀ ਏਦਾਂ ਹੀ ਕਰਨ ਲੱਗ ਜੂਗਾ, ਦਾਰੂ ਪੀ ਕੇ, ਪੈਗ ਪਿਲਾ ਕੇ, ਕੋਈ ਵੀ ਮਤਲਬ ਕੋਈ ਵੀ ਨਸ਼ਾ ਕਰਕੇ। ਉਹ ਗਲਤ ਹੈ ਨਾ, ਜਿਹੜੀ ਚੀਜ਼ ਦੇਖੋ ਗਲਤ ਹੈ ਉਹਦਾ ਗਲਤ ਹੈ। ਅਸੀਂ ਇਹਨੂੰ ਤਰੱਕੀ ਕਹਿਣ ਲੱਗ ਗਏ, ਦੱਸੋ। ਕਈ ਲੋਕ ਇਹਨਾਂ ਨੂੰ ਤਰੱਕੀ ਕਹਿ ਰਹੇ ਆ ਵੀ ਇਹ ਤਰੱਕੀ ਹੈ, ਵੀ ਅੱਜ ਕੱਲ੍ਹ ਇਹ ਸਭ ਕੁਝ ਚੱਲਦਾ ਹੈ, ਇਹ ਤਰੱਕੀ ਹੋ ਗਈ, ਇਹ ਪਿੰਡਾਂ ਦੀ ਤਰੱਕੀ ਹੈ। ਇਹ ਤਰੱਕੀ ਨਹੀਂ ਹੈ, ਬਹੁਤ ਦੁੱਖ ਦੀ ਗੱਲ ਹੈ ਇਹ। ਜਾਂ ਸਾਡੀ ਸੋਚ ਇੱਥੇ ਤੱਕ ਹੀ ਰਹਿ ਜਾਂਦੀ ਹੈ ਕਿ ਅੱਜ ਕੱਲ੍ਹ ਸਭ ਕੁਝ ਚੱਲਦਾ ਹੈ। ਕਹਿੰਦੇ ਪਹਿਲਾਂ ਵੀ ਚੱਲਦਾ ਸੀ, ਚਲੋ ਜੋ ਪਹਿਲਾਂ ਵਾਲਿਆਂ ਨੇ ਗਲਤੀਆਂ ਕੀਤੀਆਂ ਉਹ ਅੱਗੇ ਹੋਰਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ। ਥੋੜ੍ਹਾ ਜਿਹਾ ਬਦਲਣ ਦੀ ਲੋੜ ਆ, ਆਪਣੀ ਦਿਸ਼ਾ, ਆਪਣੇ ਸਮਾਜ ਨੂੰ ਥੋੜ੍ਹਾ ਜਿਹਾ ਬਦਲੋ, ਨਾ ਕਿ ਉਹਨੂੰ ਹੋਰ ਹਨੇਰੇ 'ਚ ਗੇਰੋ। ਅਗਰ ਪਿਛਲਿਆਂ ਬੰਦਿਆਂ ਨੇ ਕੁਛ ਗਲਤੀਆਂ ਕੀਤੀਆਂ ਤਾਂ ਅੱਗੇ ਵਾਲੇ ਬੰਦਿਆਂ ਨੂੰ ਰਿਕੁਐਸਟ ਹੈ ਉਹ ਗਲਤੀਆਂ ਨੂੰ ਨਾ ਦੁਹਰਾਓ। ਹਰ ਇੱਕ ਪਿੰਡ 'ਚ ਦਵਾਈ ਥੋੜ੍ਹੀ ਜਿਹੀ ਮੁਸ਼ਕਲ ਮਿਲਦੀ ਆ, ਕੁਛ ਕਿਲੋਮੀਟਰ ਦੂਰ ਜਾਣਾ ਪੈਂਦਾ ਹੈ, ਪਰ ਦਾਰੂ ਤੁਹਾਡੇ ਘਰ ਪਹੁੰਚ ਜੂਗੀ, ਤੁਹਾਡੇ ਖੇਤਾਂ 'ਚ ਪਹੁੰਚ ਜੂਗੀ, ਤੁਹਾਡੀਆਂ ਦੁਕਾਨਾਂ 'ਤੇ ਪਹੁੰਚੂਗੀ, ਦਵਾਈ ਨਹੀਂ ਪਹੁੰਚ ਸਕਦੀ। ਦਾਰੂ ਜ਼ਰੂਰ ਪਹੁੰਚ ਜੂਗੀ। ਹੁਣ ਕੁਝ ਪੀਣ ਵਾਲੇ ਨੇ ਵਿਰੋਧ ਵੀ ਕਰਨਾ ਵੀ ਇਹਨੂੰ ਕਿਉਂ ਮਿਰਚਾਂ ਲੱਗ ਰਹੀਆਂ। ਗੱਲ ਵਿਰੋਧ ਹੀ ਨਹੀਂ, ਜਿਹਨੇ ਪੀਣੀ ਆ, ਮੈਂ ਵੀ ਪੀਤੀ ਆ, ਉਹ ਬਹੁਤ ਪੀਂਦੇ ਆ, ਜਿਹਨੇ ਪੀਣੀ ਆ ਉਹਨੇ ਪੀਣੀ ਹੈ, ਉਹ ਆਪਣਾ ਲੈ ਕੇ, ਉਹ ਦੇਖੋ ਸਾਈਡ ਅਗਰ ਠੇਕਾ ਕਿਤੇ ਦੂਰ ਆ ਥੋੜ੍ਹੀ ਸਾਈਡ ਦੇ ਵਿੱਚ, ਉੱਥੋਂ ਲੈ ਕੇ ਵੀ ਪੀ ਸਕਦਾ। ਤੁਹਾਡੇ ਘਰ ਦੇ ਬਾਹਰ ਠੇਕਾ, ਉਹਨੇ ਉੱਥੋਂ ਲੈ ਕੇ ਹੀ ਪੀਣਾ, ਉਹਨੇ ਤਾਂ ਪੀ ਲੈਣੀ ਹੈ। ਇਹਦਾ ਅਸਰ ਦੇਖੋ, ਕੁਝ ਚੀਜ਼ਾਂ ਪਹਿਲਾਂ ਪਰਦੇ ਵਿੱਚ ਹੁੰਦੀਆਂ ਗੀਆਂ ਜਿਹੜੀਆਂ ਹੁਣ ਸ਼ਰੇਆਮ ਹੋ ਗਈਆਂ, ਚਾਹੇ ਉਹ ਦਾਰੂ ਪੀਣੀ ਹੈ, ਚਾਹੇ ਕੁਛ ਵੀ ਹੋਰ ਚੀਜ਼ਾਂ ਕਾਫੀ ਏਦਾਂ ਦੀਆਂ ਜਿਹੜੀਆਂ ਅੱਜ ਕੱਲ੍ਹ ਜਿਹਨਾਂ ਦਾ ਪਰਦਾ ਰਿਹਾ ਹੀ ਨਹੀਂ। ਪਹਿਲਾਂ ਪਰਦਾ ਹੁੰਦਾ ਸੀ, ਪਹਿਲਾਂ ਲੋਕ ਜੇ ਦਾਰੂ ਪੀਂਦੇ ਸੀ ਉਹ ਦੂਜੇ ਨੂੰ ਪਤਾ ਨਹੀਂ ਸੀ ਲੱਗਣ ਦਿੰਦੇ, ਸ਼ਰਮ ਮਹਿਸੂਸ ਕਰਦੇ ਹੁੰਦੇ ਤੇ ਅਗਰ ਉਹਨਾਂ ਨੂੰ ਕਿਸੇ ਨੂੰ ਵੀ ਪਤਾ ਲੱਗ ਜਾਵੇ ਵੀ ਮੈਂ ਦਾਰੂ ਪੀਂਦਾ, ਹੁਣ ਉਹ ਇਹਦੇ ਵਿੱਚ ਸ਼ੋਭਾ ਸਮਝਦੇ ਆ। ਇੱਕ ਦਿਨ ਵਿਆਹ ਦੇ ਵਿੱਚ ਰਿਸ਼ਤੇਦਾਰ ਆਏ, ਉਹਨਾਂ ਨੇ ਜਦੋਂ ਉਹਨੇ ਇੱਕ ਵਿਆਹ ਦੇ ਵਿੱਚ ਦੇਖਿਆ ਵੀ ਤੁਹਾਡੇ ਪਿੰਡ ਦੇ ਮੁੰਡੇ ਇੰਨੇ ਨੌਜਵਾਨ ਆ ਨਾ, ਦਾਰੂ ਅਤੇ ਉਹਦੇ ਟੇਬਲ 'ਤੇ ਬੈਠੇ ਆ ਅਤੇ ਕਾਫੀ ਬੰਦੇ ਬੈਠੇ ਆ, ਉਹਨਾਂ ਨੂੰ ਮਤਲਬ ਥੋੜ੍ਹੀ ਹੈਰਾਨੀ ਜਿਹੀ ਲੱਗੀ ਹੈ ਨਾ, ਵੀ ਸ਼ਾਇਦ ਉਹਨਾਂ ਦੇ ਇਲਾਕੇ 'ਚ ਉਹਨਾਂ ਨੇ ਦੱਸਿਆ ਵੀ ਸਾਡੇ ਇਲਾਕੇ ਦੇ ਵਿੱਚ ਇੰਨਾ ਸ਼ਰੇਆਮ ਜਿਹਾ ਨਹੀਂ ਹੈਗਾ। ਚਲੋ ਪੀਂਦੇ ਆ ਪਰ ਉਹ ਦਿਖਾਵਾ ਜ਼ਰੂਰੀ ਨਹੀਂ ਹੁੰਦਾ ਵੀ ਹਰ ਇੱਕ ਚੀਜ਼ ਦਾ ਤੁਸੀਂ ਦਿਖਾਵਾ ਕਰਕੇ ਪੀਣੀ ਆ, ਹਰ ਇੱਕ ਚੀਜ਼ ਦਾ ਕੋਈ ਪੜਦਾ ਵੀ ਹੁੰਦਾ। ਪਹਿਲੀ ਗੱਲ ਤਾਂ ਪੀਣੀ ਨਹੀਂ ਚਾਹੀਦੀ, ਜੇ ਤੁਸੀਂ ਪੀਂਦੇ ਹੋ ਹੈ ਨਾ ਤਾਂ ਪੜਦਾ ਵੀ ਹੁੰਦਾ ਹਰ ਇੱਕ ਚੀਜ਼ ਦਾ, ਨਾ ਕਿ ਤੁਸੀਂ ਯਾਰ ਉਹ ਕੋਈ ਸ਼ੋਭਾ ਦੀ ਗੱਲ ਨਹੀਂ ਹੁੰਦੀ ਵੀ ਦਿਖਾਵਾ ਹੁੰਦਾ। ਅਤੇ ਕਈ ਪੀ ਵੀ ਲੈਂਦੇ ਆ ਦਿਖਾ ਕੇ, ਫਿਰ ਉਹ ਗੰਦ ਮੰਦ ਵੀ ਉੱਥੇ ਹੀ ਛੱਡ ਦੇਣਾ ਉਹਨਾਂ ਨੇ, ਇਹਦੇ ਵਿੱਚ ਵੀ ਉਹ ਸ਼ੋਭਾ ਵੀ ਕੱਲ੍ਹ ਨੂੰ ਕੋਈ ਹੋਰ ਦੇਖੂਗਾ ਤਾਂ ਉਹ ਇਹ ਸਮਝੂਗਾ ਵੀ ਆਜ ਵੀ ਫਲਾਣੇ ਨੇ ਅੱਜ ਦਾਰੂ ਪੀਂਦੇ, ਉਹ ਚੰਗੇ ਖਾਂਦੇ ਪੀਂਦੇ ਘਰਾਂ ਦੇ ਆ, ਬਈ ਉਹ ਬੰਦੇ ਅੱਜ ਫਿਰ ਪੀ ਕੇ ਗਏ ਆ, ਕੱਲ੍ਹ ਨੂੰ ਫਿਰ ਬਈ ਉਹਨਾਂ ਕੋਲ ਬਾਹਲਾ ਪੈਸਾ ਹੈ। ਇਹ ਦਿਖਾਵਾ ਹੈ, ਇਹ ਜ਼ਰੂਰੀ ਨਹੀਂ ਹੁੰਦਾ ਵੀ ਇਹ ਦਿਖਾਉਣਾ ਹੀ ਹੁੰਦਾ, ਜ਼ਰੂਰਤ ਨਹੀਂ ਹੈਗੀ ਇਹਨਾਂ ਦੀ, ਇਹ ਅੱਗੇ ਸਾਡੇ ਸਮਾਜ ਨੂੰ ਜ਼ਰੂਰਤ ਨਹੀਂ ਹੈ, ਉਹਦੀ ਲੋੜ ਨਹੀਂ। ਜਿਹੜੀ ਚੀਜ਼ ਦੀ ਲੋੜ ਆ ਉਹ ਤਾਂ ਕੋਈ ਕੁਛ ਕਰ ਹੀ ਨਹੀਂ ਰਿਹਾ। ਅਸੀਂ ਨਫ਼ਰਤ ਪੈਦਾ ਕਰਤੀ ਕੁਛ ਪਾਰਟੀਆਂ ਬਾਜ਼ੀਆਂ ਬਣਾ ਕੇ। ਹੁਣ ਪਾਰਟੀਬਾਜ਼ੀ ਦੀ ਇੱਕ ਗੱਲ ਯਾਦ ਆਈ ਹੈ, ਮੈਂ ਇੱਕ ਦਿਨ ਇੱਕ ਬੱਚੇ ਦੇ, ਮੈਂ ਹੈਰਾਨ ਰਹਿ ਗਿਆ ਇਹ ਚੀਜ਼ ਸੁਣ ਕੇ, ਬੱਚੇ ਦੀ ਉਮਰ ਮੈਂ ਤਾਂ ਉਹਨੂੰ ਚੰਗੀ ਤਰ੍ਹਾਂ ਜਾਣਦਾ, ਬਸ ਨਾਂ ਨਹੀਂ ਦੱਸ ਸਕਦਾ, ਮੈਂ ਨਾਮ ਦੱਸਦਾ ਫਿਰ ਚਰਚਾ ਹੋ ਜਾਂਦੀ ਇਹਨਾਂ ਦੀ। ਸਕੂਟਰ ਮੋਟਰਸਾਈਕਲ ਖੜੇ ਸੀ, ਮਤਲਬ ਪਾਰਕਿੰਗ ਕਹਿ ਲਓ ਹੈ ਨਾ, ਬੱਚੇ ਇਹ ਵੀ ਜਾਣਦੇ ਆ ਵੀ ਆਹ ਕਿਹੜੀ ਪਾਰਟੀ ਵਾਲੇ ਬੰਦੇ ਦਾ ਮੋਟਰਸਾਈਕਲ ਆ, ਕਿਹੜੀ ਪਾਰਟੀ ਵਾਲੀ ਆ ਗੱਡੀ ਆ। ਮੈਂ ਗੱਡੀ ਦੇ ਵਿੱਚ ਬੈਠਿਆ, ਮੈਂ ਇਹ ਸੁਣ ਕੇ ਹੈਰਾਨ ਰਹਿ ਗਿਆ ਜਦੋਂ ਬੰਦੇ ਨੇ ਕਿਹਾ ਯਾਰ ਇਹ ਗੱਡੀ ਦੇ ਨਾਲ ਨਾ ਲੱਗੋ, ਕਿਸੇ ਹੋਰ ਗੱਡੀ ਦੀ ਗੱਲ ਕਰ ਰਹੇ ਸੀ ਹੈ ਨਾ, ਮਤਲਬ ਗੱਡੀ ਦੇ ਨਾਲ ਲੱਗੇ ਤੇ ਉਹਦੇ ਨਾਲ ਮਤਲਬ ਸਕੂਟਰ ਤਾਂ ਇੱਕ ਉਹਦੇ ਤੇ ਬੈਠਣ ਲੱਗੀ ਸੀ। ਉਹ ਕਹਿੰਦੇ ਨਹੀਂ ਆਇਆ ਤੈਨਾਂ ਬੈਠ, ਇਹ ਆਪਣੀ ਪਾਰਟੀ ਵਾਲੇ ਬੰਦੇ ਦਾ ਨਹੀਂ ਹੈਗਾ। ਜਦ ਕਿ ਨਾ
ਉਹ ਜਿਹੜਾ ਪ੍ਰੋਗਰਾਮ ਸੀ ਨਾ ਜਿਹਦੇ ਲਈ ਉਹ ਚੀਜ਼ਾਂ ਉੱਥੇ ਖੜੀਆਂ ਸੀ, ਜਿਹਦੇ ਲਈ ਅਸੀਂ ਗਏ ਸੀ, ਉਹ ਕਿਸੇ ਪਾਰਟੀ ਦਾ ਕੋਈ ਪ੍ਰੋਗਰਾਮ ਨਹੀਂ ਥਾ, ਕਿਸੇ ਪਾਰਟੀ ਨੇ ਸੀ ਰੱਖਿਆ, ਉਹ ਇੱਕ ਸਾਂਝਾ ਪ੍ਰੋਗਰਾਮ ਸੀ, ਸਕੂਲ ਦਾ ਇੱਕ ਥੋੜਾ ਜਿਹਾ ਉਹ ਸੀ। ਮੈਂ ਉੱਥੇ ਇਹ ਚੀਜ਼ ਸਕੂਲ 'ਚ ਦੇਖ ਕੇ ਨਾ ਮੈਂ ਹੈਰਾਨ ਰਹਿ ਗਿਆ ਯਾਰ, ਬੱਚਿਆਂ ਨੂੰ ਇਹ ਵੀ ਪਤਾ ਹੈ ਨਾ ਬਈ ਆਹ ਸਾਡੀ ਪਾਰਟੀ ਦੇ ਨਹੀਂ ਹੈਗੇ, ਆਪਾਂ ਇਹਨਾਂ ਦੇ ਮੋਟਰਸਾਈਕਲ 'ਤੇ ਨਹੀਂ ਬੈਠਣਾ, ਸਕੂਟਰ 'ਤੇ ਨਹੀਂ ਬੈਠਣਾ, ਹੈ ਨਾ। ਉਹ ਬੰਦਾ ਕੀ ਪਾਲ ਰਿਹਾ ਆਪਣੇ ਦਿਮਾਗ ਦੇ ਵਿੱਚ, ਉਹ ਕਿੱਥੇ ਤੱਕ ਜਾਊਗਾ, ਉਹਦਾ ਹਾਈ ਲੈਵਲ ਕੀ ਹੋਊਗਾ, ਇਹ ਸੋਚ ਕੇ ਡਰ ਲੱਗਦਾ। ਹੁਣ ਮੈਨੂੰ ਇਹ ਪਤਾ ਲੱਗਿਆ ਵੀ ਪਹਿਲਾਂ ਮੈਂ ਸੋਚਦਾ ਸੀ ਲੋਕ ਬਾਹਰ ਨੂੰ ਕਿਉਂ ਜਾ ਰਹੇ ਨੇ, ਹੁਣ ਮੈਨੂੰ ਪਤਾ ਲੱਗ ਗਿਆ ਵੀ ਕਿਉਂ ਜਾ ਰਹੇ ਆ, ਕਿਉਂਕਿ ਕੋਈ ਇੱਥੇ ਰੱਖ ਕੇ ਆਪਣੇ ਬੱਚਿਆਂ ਨੂੰ ਖੁਸ਼ ਹੀ ਨਹੀਂ ਹੈਗਾ। ਕਿਉਂ ਨਹੀਂ ਰੱਖਣਾ ਚਾਹੁੰਦੇ, ਉਹਨਾਂ ਨੂੰ ਪਤਾ ਵੀ ਅਸੀਂ ਆਪਣੀ ਜਿਸ ਤਰ੍ਹਾਂ ਹੈਗੀ ਕੱਟ ਲਈ, ਅਸੀਂ ਚਾਹੇ ਵਿਗੜ ਗਏ ਉਰੇ ਰਹਿ ਕੇ, ਅਸੀਂ ਨਸ਼ੇ ਲਾ ਲਏ ਆਪਣੇ ਆਪ ਨੂੰ, ਚਾਹੇ ਅਸੀਂ ਕੁਛ ਵੀ ਕਰ ਲਿਆ, ਅਸੀਂ ਕਿਸੇ ਨੂੰ ਮੰਦਾ ਬੋਲਦੇ ਹਾਂ ਉਹ ਚੱਲ ਗਿਆ, ਪਰ ਅਸੀਂ ਆਪਣੇ ਨਿਆਣਿਆਂ ਨੂੰ ਉੱਥੇ ਨਹੀਂ ਚੁੱਕਣਾ। ਤਾਂ ਉਹ ਉਹਨਾਂ ਦਾ ਫਿਊਚਰ ਬਣਾਉਣ ਲਈ ਸਭ ਕੁਛ ਵੇਚਣ ਨੂੰ ਵੀ ਤਿਆਰ ਹੈ ਵੀ ਮੈਂ ਆਪਣੇ ਬੱਚਿਆਂ ਨੂੰ ਚੰਗੇ ਉਹਦੇ 'ਚ ਸੈੱਟ ਕਰ ਦੇਵਾਂ ਬਾਹਰਲੇ ਕੰਟਰੀ 'ਚ, ਚਾਹੇ ਮੇਰਾ ਸਭ ਕੁਛ ਵਿਕ ਜਾਵੇ, ਮੈਂ ਜੋ ਭੋਗ ਲਿਆ ਉਹ ਨਾ ਭੋਗੇ। ਫਿਰ ਆਪਾਂ ਇਹਨੂੰ ਤਰੱਕੀ ਕਿਵੇਂ ਕਹਿ ਸਕਦੇ ਹਾਂ ਜਦ ਅਸੀਂ ਆਪਣੇ ਬੱਚਿਆਂ ਨੂੰ ਇੱਥੇ ਰੱਖ ਹੀ ਨਹੀਂ ਸਕਦੇ। ਸਭ ਦੀ ਇਹੀ ਸੋਚ ਆ ਹੁਣ, ਜਦ ਅਸੀਂ ਆਪਣੇ ਬੱਚਿਆਂ ਨੂੰ ਇੱਥੇ ਰੱਖਣਾ ਪਸੰਦ ਹੀ ਨਹੀਂ ਕਰਦੇ ਜਿੱਥੇ ਅਸੀਂ ਰਹੇ ਹਾਂ, ਇਹ ਫਿਰ ਕਾਹਦੀ ਤਰੱਕੀ ਆ? ਕੀ ਫਾਇਦਾ ਫਿਰ ਤੁਹਾਨੂੰ ਵੋਟ ਪਾਉਣ ਦਾ? ਕੋਈ ਫਾਇਦਾ ਨਹੀਂ ਮੇਰੇ ਹਿਸਾਬ ਨਾਲ, ਤੁਹਾਨੂੰ ਫਿਰ ਵੋਟ ਪਾਉਣ ਦਾ ਕੋਈ ਫਾਇਦਾ ਨਹੀਂ ਜੇ ਤੁਸੀਂ ਖੁਦ ਜਿੱਥੇ ਰਹਿ ਰਹੇ ਹੋ ਆਪਣੇ ਬੱਚੇ ਨੂੰ ਉੱਥੇ ਨਹੀਂ ਰੱਖ ਸਕਦੇ, ਸ਼ਰਮ ਮਹਿਸੂਸ ਕਰਦੇ ਹੋ, ਫਿਰ ਤੁਹਾਨੂੰ ਜਿੰਨੇ ਸਾਲ ਤੁਸੀਂ ਵੋਟ ਪਾਈ ਆ ਉਹਦਾ ਕੋਈ ਫਾਇਦਾ ਨਹੀਂ। ਵੋਟ ਪਾਉਣਾ ਤੁਹਾਨੂੰ ਇੱਕ ਹੱਕ ਮਿਲਿਆ ਹੋਇਆ ਹੈ ਨਾ, ਇਹ ਸੰਵਿਧਾਨ ਦੇਖੋ ਲੋਕਤੰਤਰ ਆ, ਉਹਦੇ ਵਿੱਚ ਤੁਹਾਡੇ ਕੋਲ ਇੱਕੋ ਹੀ ਤਾਕਤ ਆ ਤੁਹਾਡੀ ਵੋਟ, ਔਰ ਜਦੋਂ ਤੁਸੀਂ ਵੋਟ ਪਾਉਣੀ ਹੁੰਦੀ ਹੈ ਉਸ ਟਾਈਮ ਅਸੀਂ ਉਹਨਾਂ ਦੀਆਂ ਗੱਲਾਂ 'ਚ ਆ ਜਾਂਦੇ ਹਾਂ ਜਿਹਨਾਂ ਨੂੰ ਤੁਸੀਂ ਇੱਕ ਵਾਰ ਤਾਂ ਜਿਤਾਤਾ, ਉਸ ਤੋਂ ਬਾਅਦ ਉਹ ਮੁੜ ਕੇ ਆਉਂਦੇ ਨਹੀਂ ਸਾਡੇ ਉੱਥੇ ਮਹੱਲੇ ਦੇ ਵਿੱਚ ਨਾ, ਪਿੰਡ 'ਚ ਆਉਂਦੇ ਨਹੀਂ, ਪੁੱਛਦੇ ਨਹੀਂ, ਔਰ 4 ਸਾਲ ਜਦੋਂ ਨਿਕਲ ਗਏ ਐਂਡ ਵਾਲਾ 1 ਸਾਲ ਆ ਗਿਆ ਉਸ ਟਾਈਮ ਉਹ ਥੋੜ੍ਹਾ ਜਿਹਾ ਹਾਈਲਾਈਟ ਹੋ ਜਾਂਦੇ ਆ, ਆ ਜਾਂਦੇ, ਪਤਾ ਨਹੀਂ ਕਿੱਥੋਂ ਪੈਦਾ ਹੋ ਜਾਂਦੇ ਆ ਹੈ ਨਾ। ਫਿਰ ਜੀ ਫਲਾਣੇ ਨੂੰ ਸਰੋਪਾ ਪਾਤਾ, ਫਲਾਣੇ ਦਾ ਕੁਛ ਕਰਤਾ, ਫਲਾਣੇ ਦਾ ਧਿਮਕਾ ਕਰਤਾ, ਇਹ ਗੱਲਾਂ ਫਿਰ ਆਉਣੀਆਂ ਸਟਾਰਟ ਹੋ ਜਾਂਦੀਆਂ ਲਾਸਟ ਵਾਲੇ ਸਾਲ ਦੇ ਵਿੱਚ। ਇਹਦਾ ਮਤਲਬ ਕਿ ਤੁਹਾਨੂੰ ਵਰਤਿਆ ਜਾ ਰਿਹਾ ਹੈ, ਤੁਹਾਨੂੰ ਯੂਜ਼ ਕਰਿਆ ਜਾਂਦਾ, ਤੁਸੀਂ ਇੱਕ ਵਸਤੂ ਬਣ ਗਏ ਹੋ ਕਿ ਤੁਹਾਨੂੰ ਯੂਜ਼ ਐਂਡ ਥਰੋ। ਇਹ ਕਹਾਵਤਾਂ ਅਸੀਂ ਪਹਿਲਾਂ ਸੁਣੇ ਕਰਦੇ ਹੁੰਦੇ ਸੀ ਨਾ, ਹੁਣ ਪਤਾ ਲੱਗ ਗਿਆ ਵੀ ਇਹ ਕਿਹਨਾਂ ਨੇ ਬਣਾਈਆਂ, ਤੱਤ ਕੱਢ ਕੇ ਬਣਾਈਆਂ ਹੋਈਆਂ, ਐਵੇਂ ਨਹੀਂ ਕਿਸੇ ਨੇ ਕੋਈ ਕਹਾਵਤਾਂ ਬਣਾਈਆਂ, ਉਹਨਾਂ ਨੇ ਬਹੁਤ ਕੁਛ ਹੰਢਾਇਆ ਹੁੰਦਾ ਹੈ ਜਿਹੜੇ ਉਹ ਕਰਦੇ ਆ। ਅੱਜ ਕੱਲ੍ਹ ਤਾਂ ਲੋਕ ਬੋਲਣ ਤੋਂ ਹੀ ਬੜਾ ਡਰਦੇ ਆ, ਛੱਡ ਯਾਰ ਨਹੀਂ, ਛੱਡ ਫਲਾਣਾ ਕੀ ਸੋਚੂਗਾ, ਨਹੀਂ ਯਾਰ ਉਹਨੂੰ ਬੁਰਾ ਲੱਗ ਜਾਣਾ। ਦੇਖੋ ਬੁਰਾ ਤਾਂ ਲੱਗਣਾ ਹੀ ਲੱਗਣਾ, ਅਗਰ ਕਿਸੇ ਨੂੰ ਕੁਛ ਬੁਰਾ ਲੱਗਣ ਨਾਲ ਕੁਛ ਸਹੀ ਹੋ ਰਿਹਾ ਕੋਈ ਗੱਲ ਨਹੀਂ, ਹੋ ਜਾਣ ਦੋ। ਪਰ ਕੁਛ ਗੱਲਾਂ ਸੀ ਵੀ ਮੈਂ ਮਤਲਬ ਮਨ 'ਚ ਹੈ ਸੀ ਬਹੁਤ ਜ਼ਿਆਦਾ ਵੀ ਨਹੀਂ ਯਾਰ ਕੁਛ ਗੱਲਾਂ ਨਹੀਂ ਚੰਗੀਆਂ ਨਹੀਂ ਲੱਗਦੀਆਂ, ਵੈਸੇ ਹੀ ਨਹੀਂ ਮਨ ਮੰਨਦਾ, ਦੂਰ ਦੁੱਖ ਬੰਦਾ ਸੋਚ ਹੀ ਨਹੀਂ ਸਕਦਾ ਯਾਰ, ਬੰਦਾ ਮੂੰਹ ਤੋਂ ਬੋਲ ਦਿੰਦਾ ਇੱਦਾਂ ਦੀ ਗੱਲਾਂ, ਇਹ ਬੇਅਦਬੀ ਦਾ ਮੈਨੂੰ ਬਹੁਤ ਉਹ ਹੋਇਆ। ਇਹ ਚੀਜ਼ਾਂ ਬੰਦ ਹੋਣੀ ਚਾਹੀਦੀਆਂ ਬੇਅਦਬੀ ਦੀਆਂ, ਜਿੱਦਾਂ ਇਹਦੇ 'ਚ ਨਾ ਆਪਾਂ ਨਾ ਚਾਹ ਕੇ ਆਪਾਂ ਬਹੁਤ ਬੇਅਦਬੀਆਂ ਕਰਤੀਆਂ, ਕਰਦੇ ਆ ਰਹੇ ਹਾਂ, ਇਹ ਹੁੰਦੀਆਂ ਵੀ ਰਹਿਣੀਆਂ। ਮੈਨੂੰ ਪਤਾ ਕਿਸੇ ਨੂੰ ਕੋਈ ਇੰਨੀ ਜਲਦੀ ਅਸਰ ਪੈਂਦਾ ਨਹੀਂ ਹੁੰਦਾ, ਕਿਉਂਕਿ ਕਿਸੇ ਨੇ ਦੱਸਣਾ ਹੀ ਨਹੀਂ, ਕਿਸੇ ਬਾਰੇ ਬੋਲਣਾ ਹੀ ਨਹੀਂ, ਨਾ ਸਾਨੂੰ ਕਿਸੇ ਨੂੰ ਕੁਛ ਪਤਾ ਹੈ, ਨਾ ਜੇ ਜਿਹਨੂੰ ਪਤਾ ਉਹ ਬੋਲਦਾ ਹੀ ਨਹੀਂ। ਜਿਹੜੇ ਬੰਦੇ ਚੰਗੇ ਸੂਝਵਾਨ ਆ ਉਹ ਅੱਗੇ ਨਹੀਂ ਆ ਰਹੇ, ਜੋ ਹੁੰਦਾ ਠੀਕ ਆ ਆਪਣੇ ਘਰ ਤੱਕ ਦਾ ਮਤਲਬ ਹੁੰਦਾ, ਪਰ ਆਪਾਂ ਕਹਿ ਨਹੀਂ ਦਿੰਦੇ ਵੀ ਅੱਜ ਕੱਲ੍ਹ ਉਹ ਟਾਈਮ ਰਿਹਾ ਨਹੀਂ, ਵਾਕਈ ਉਹ ਟਾਈਮ ਨਹੀਂ ਰਿਹਾ। ਪਰ ਇਹ ਸੋਚਿਆ ਕਦੇ ਵੀ ਉਹ ਟਾਈਮ ਕਿਹਨਾਂ ਦੀ ਬਦੌਲਤ ਨਹੀਂ ਰਿਹਾ, ਉਹ ਆਪਣੀ ਹੀ ਬਦੌਲਤ ਆ ਨਾ, ਉਹ ਟਾਈਮ ਰਿਹਾ ਹੀ ਨਹੀਂ, ਬਦੌਲਤ ਤਾਂ ਆਪਣੀ ਹੋ, ਅਸੀਂ ਸਾਥ ਹੀ ਨਹੀਂ ਦੇ ਰਹੇ ਕਿਸੇ ਦਾ ਇੱਕ ਦੂਜੇ ਦਾ। ਜਿਹੜਾ ਕੰਮ ਕਰਦਾ ਉਹਨੂੰ ਕੰਮ ਨਹੀਂ ਕਰਨ ਦਿੰਦੇ, ਜਿਹੜਾ ਨਹੀਂ ਕਰਦਾ ਉਹਨੂੰ ਆਪਾਂ ਕਹਿੰਦੇ ਨਹੀਂ, ਜਿਹੜਾ ਸਾਡੇ ਨਾਲ ਹੇਰਾ ਫੇਰੀਆਂ ਕਰਦਾ ਉਹਨੂੰ ਤੱਕ ਨਹੀਂ ਅਸੀਂ ਕਹਿ ਸਕਦੇ ਹੈਗੇ ਵੀ ਭਾਈ ਆਹ ਬੰਦਾ ਸਾਡੇ ਨਾਲ ਹੇਰਾ ਫੇਰੀ ਕਰਦਾ। ਕਿੰਨੀਆਂ ਹੀ ਹੇਰਾ ਫੇਰੀ ਹੋ ਰਹੀਆਂ, ਹਰ ਇੱਕ ਕੰਮ 'ਚ ਹੇਰਾ ਫੇਰੀ ਹੋ ਰਹੀ ਆ। ਕਮ ਸੇ ਕਮ ਯਾਰ ਜੇ ਤੁਹਾਡੇ ਨਾਲ ਥੋੜ੍ਹੀ ਜਿਹੀ ਹੇਰਾ ਫੇਰੀ ਹੁੰਦੀ ਆ ਉਹਦੇ ਲਈ ਥੋੜ੍ਹਾ ਜਿਹਾ ਸਟੈਂਡ ਤਾਂ ਲੈ ਲਓ ਨਾ, ਕਿੰਨਾ ਤੱਕ ਕਿੰਨੀ ਦੇਰ ਤੱਕ ਤੁਸੀਂ ਕਿਸੇ ਦੂਜੇ 'ਤੇ ਡਿਪੈਂਡ ਰਹੋਗੇ ਵੀ ਫਲਾਣਾ ਬੋਲੂਗਾ, ਕਦ ਤੱਕ ਕੌਣ ਇੱਕ ਦੂਜੇ ਲਈ ਬੋਲਦਾ, ਅੱਜ ਕੱਲ੍ਹ ਕੌਣ ਬੋਲਦਾ, ਕੋਈ ਨਹੀਂ ਬੋਲਦਾ। ਕਿੰਨੀਆਂ ਹਰ ਇੱਕ ਪਿੰਡ, ਸਭ ਤੋਂ ਛੋਟੀ ਇਹ ਛੋਟੀ ਆਪਣਾ ਪਿੰਡ ਹੁੰਦਾ ਨਾ, ਪਿੰਡ ਮਤਲਬ ਕਿ ਪਿੰਡ ਤੋਂ ਸ਼ੁਰੂ ਹੋ ਜਾਂਦੀ ਆ ਕਰਪਸ਼ਨ, ਇੱਕ ਬੰਦਾ ਨੋਰਮਲ ਪੈਂਚਰ ਲਾਉਣ ਵਾਲਾ ਉਹ ਵੀ ਕਰਪਸ਼ਨ ਕਰ ਜਾਂਦਾ, ਮਤਲਬ ਸਾਰੇ ਨਹੀਂ ਕਰਦੇ
ਇੱਥੋਂ ਸ਼ੁਰੂ ਹੋ ਜਾਂਦੀ ਹੈ। ਇਹਨਾਂ ਨੂੰ ਥੋੜ੍ਹੀ ਬਦਲਣ ਦੀ ਲੋੜ ਆ, ਬਦਲਣਾ ਸਾਨੂੰ ਪੈਣਾ। ਮੈਂ ਇਹ ਨਹੀਂ ਕਹਿੰਦਾ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲਦੀਆਂ ਇਹ ਬੰਦ ਹੀ ਕਰ ਦਿਉ, ਬੰਦ ਨਹੀਂ, ਇੱਕ ਪਰਦਾ ਹੁੰਦਾ ਹੈ, ਬਸ ਉਹ ਥੋੜ੍ਹਾ ਜਿਹਾ ਪਰਦਾ ਹੈ ਨਾ, ਉਹਨੂੰ ਪਰਦਾ ਰਹਿਣ ਦਿਉ। ਉਹ ਪਰਦਾ ਜ਼ਰੂਰੀ ਆ, ਉਹਦੇ ਨਾਲ ਬਹੁਤ ਚੰਗੀ ਸੇਧ ਹੀ ਜਾਊਗੀ, ਉਹਦਾ ਕਿਸੇ ਨੂੰ ਮਾੜਾ ਅਸਰ ਨਹੀਂ ਪਾਊਗਾ ਪਰਦੇ ਦਾ। ਅਗਰ ਸਾਡੇ ਬਜ਼ੁਰਗ ਵੀ ਸਰਿਆਮੇ ਪੀਂਦੇ ਰਹਿੰਦੇ ਤਾਂ ਸ਼ਾਇਦ ਸਾਡੇ 'ਤੇ ਗਲਤ ਅਸਰ ਪੈਂਦਾ, ਅਗਰ ਅਸੀਂ ਹੁਣ ਸਰਿਆਮ ਹੋ ਗਏ ਤਾਂ ਸਾਡੇ ਬੱਚਿਆਂ 'ਤੇ ਉਹਦਾ ਗਲਤ ਅਸਰ ਪੈ ਰਿਹਾ। ਤਾਂ ਉਹ ਪਰਦਾ ਨਾ ਜਿਹੜਾ, ਉਹਨੂੰ ਕੁਛ ਚੀਜ਼ਾਂ ਹੁੰਦੀਆਂ ਉਹਨੂੰ ਪਰਦੇ 'ਚ ਹੀ ਰੱਖੋ,